ਨਸ਼ਾ ਵੇਚ ਵੇਚ ਕੇ ਲੱਖਾਂ ਕਰੋੜਾਂ ਰੁਪਏ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਅਟੈਚ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਮੋਗਾ ਪੁਲਿਸ ਦੇ ਵੱਲੋਂ ਬੀਤੇ ਦਿਨ 4 ਨਸ਼ਾ ਤਸਕਰਾਂ ਦੀਆਂ 1,40,00,000 ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਜ਼ਬਤ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਐਕਸ਼ਨ ਆ ਜਿਹੜਾ ਉਹ ਮੋਗਾ ਪੁਲਿਸ ਦੇ ਵੱਲੋਂ 2 ਨਸ਼ਾ ਤਸਕਰਾਂ ਦੇ ਉੱਤੇ ਲਿਆ ਗਿਆ ਹੈ, ਜਿਨ੍ਹਾਂ ਦੀ ਕੁੱਲ 62,41,000 ਰੁਪਏ ਦੀ ਪ੍ਰੋਪਰਟੀ ਪੁਲਿਸ ਦੇ ਵੱਲੋਂ ਫਰੀਜ਼ ਕੀਤੀ ਗਈ ਹੈ। ਤਾਂ ਮੋਗਾ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਸਿਕੰਜਾ ਕੱਸਦੀ ਜਾ ਰਹੀ ਹੈ। ਇਸੇ ਕੜੀ ਤਹਿਤ ਮੋਗਾ ਦੇ ਸੰਤ ਨਗਰ ਦੇ ਵਿੱਚ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ, ਜਿੱਥੇ ਪਤੀ ਪਤਨੀ ਦੇ ਉੱਤੇ 5.5 ਕਿਲੋ ਹੈਰੋਇਨ ਦਾ ਮਾਮਲਾ ਦਰਜ ਹੈ ਅਤੇ ਉਹਨਾਂ ਦੀ ਪ੍ਰੋਪਰਟੀ ਹੈ ਜਿਹੜੀ ਉਹ ਪੁਲਿਸ ਦੇ ਵੱਲੋਂ ਫਰੀਜ਼ ਕੀਤੀ ਗਈ ਹੈ, ਅਤੇ ਤੜਿੱਕ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਹੈ ਜਿਹੜੀ ਉਹ ਵੀ ਫਰੀਜ਼ ਕੀਤੀ ਗਈ ਹੈ। ਤਾਂ ਵੱਡੀ ਕਾਰਵਾਈ ਹੈ ਜਿਹੜੀ ਉਹ ਮੋਗਾ ਪੁਲਿਸ ਨੇ ਕੀਤੀ ਹੈ। ਜਾਣਕਾਰੀ ਦਿੰਦੇ ਹੋਏ DSP ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਨਗਰ ਦੇ ਰਹਿਣ ਵਾਲੇ ਸੰਦੀਪ ਭੱਟੀ ਅਤੇ ਉਸਦੀ ਪਤਨੀ ਦੇ ਉੱਤੇ 5.5 ਕਿਲੋ ਹੈਰੋਇਨ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਚੱਲਦੇ ਅੱਜ ਉਹਨਾਂ ਦੀ 12,41,000 ਦੀ ਪ੍ਰਾਪਰਟੀ ਸੀਲ ਕਰਨ ਦੇ ਆਰਡਰ ਮਿਲੇ ਸਨ, ਜਿਸ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਦੀ ਕੋਠੀ ਦੇ ਬਾਹਰ ਨੋਟਿਸ ਲਗਾਏ ਗਏ ਨੇ ਅਤੇ ਇਸ ਨਸ਼ਾ ਤਸਕਰ ਦੇ ਉੱਤੇ ਪਹਿਲਾਂ ਵੀ ਮਾਮਲੇ ਨੇ ਜਿਹੜੇ ਉਹ ਦਰਜ ਨੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜਸਪ੍ਰੀਤ ਸਿੰਘ ਜੱਸਾ, ਜਿਸ ਦੇ ਉੱਤੇ 2022 ਦੇ ਵਿੱਚ 290 ਗ੍ਰਾਮ ਹੈਰੋਇਨ ਅਤੇ 3,00,000 ਡਰੱਗ ਮਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ 2024 ਦੇ ਵਿੱਚ 5.5 ਕਿਲੋ ਹੈਰੋਇਨ ਦਾ ਮਾਮਲਾ ਦਰਜ ਕੀਤਾ ਗਿਆ ਸੀ, ਤਾਂ ਉਸਦੀ 50,00,000 ਦੀ ਪ੍ਰਾਪਰਟੀ ਹੈ ਜਿਹੜੀ ਉਹ ਪਿੰਡ ਤੜਿੱਕ ਵਿਖੇ ਅਟੈਚ ਆ ਜਿਹੜੀ ਉਹ ਕੀਤੀ ਗਈ ਹੈ। ਤਾਂ ਨਸ਼ਾ ਤਸਕਰਾਂ ਦੇ ਖਿਲਾਫ਼ ਲਗਾਤਾਰ ਮੋਗਾ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ। ਪੰਜਾਬ ਦੇ DGP ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਤਾਂ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ, ਆਓ ਦੇਖਦੇ ਹਾਂ। 5 ਕਿਲੋ ਹੈਰਨ ਇੱਥੋਂ ਬਰਾਮਦ ਹੋਈ ਸੀ ਇਹਨਾਂ ਤੋਂ। ਇਹਦੇ ਵਿੱਚ ਸੰਦੀਪ ਸਿੰਘ ਭੱਟੀ ਆ ਅਤੇ ਇਹਨਾਂ ਦੀ ਵਾਈਫ ਸਿਮਰਨਜੀਤ ਕੌਰ ਆ। ਇਹ ਜਿਹੜੀ ਪ੍ਰੋਪਰਟੀ ਆ ਇਹਨਾਂ ਦੇ ਨਾਂ 'ਤੇ ਆ। ਇਹਨਾਂ ਦੀ ਇਹਦੀ ਪ੍ਰੋਪਰਟੀ ਦੇ ਜਿਹੜੇ ਔਡਰ ਹੋਇਆ ਫਰੀਜ ਦੇ ਉਹ ਇਹਨਾਂ ਦੇ ਘਰ 'ਤੇ ਚਿਪਕਾਏ ਗਏ ਆ ਅਤੇ ਗਾਂਢੀਆਂ ਨੂੰ ਵੀ ਦੱਸਿਆ ਗਿਆ ਅਤੇ ਜਿਹੜੀ ਅਗਲੀ ਕਾਰਵਾਈ ਇਹਦੇ ਵਿੱਚ ਅਮਲ 'ਚ ਲਿਆਂਦੀ ਜਾ ਰਹੀ ਹੈ। ਕਿੰਨੇ ਪਰਚੇ ਦਰਜ ਹੈ ਜੀ ਸੰਦੀਪ ਭੱਟੀ 'ਤੇ? ਪਰਚਾ ਤਾਂ 5.5 ਕਿਲੋ ਵਾਲਾ ਹੀ ਹੈਗਾ ਅਤੇ ਇਹਦੇ 'ਚ ਹੋਰ ਵੀ ਜਿਹੜਾ ਰਿਕਾਰਡ ਦੇ ਮੁਤਾਬਕ ਹੈਗੇ ਆ ਅਤੇ ਇਹਦੇ ਵਿੱਚ ਜਿਹੜੀ ਇਹਦੀ ਕੀਮਤ ਹੈਗੀ ਆ 12,41,906 ਰੁਪਏ ਬਣਦੀ ਹੈ। ਇਹ ਸੰਦੀਪ ਭੱਟੀ ਇਕੱਲੇ 'ਤੇ ਹੀ ਪਰਚਾ ਦਰਜ ਹੈ ਕਿ ਉਹਦੀ ਘਰ ਵਾਲੀ 'ਤੇ ਵੀ ਹੈ ਜੀ? ਹੋਰ ਬੰਦਿਆਂ 'ਤੇ ਵੀ ਹੈਗਾ, ਇਹਨਾਂ ਦੇ ਸੰਦੀਪ ਇਹਦੇ ਇਹਨਾਂ 'ਤੇ ਹੋਰ ਪਰਚੇ ਵੀ ਦਰਜ ਹੈਗੇ ਆ ਪਰ ਇਹਦੀ ਘਰ ਵਾਲੀ 'ਤੇ ਨਹੀਂ ਹੈਗਾ ਪਰਚਾ। ਅਤੇ ਜਿਹੜਾ ਮਕਾਨ ਹੈ ਜਾਂ ਕੋਠੀ ਹੈ ਇਹ ਕਿਹਦੇ ਨਾਮ 'ਤੇ? ਸੰਦੀਪ ਭੱਟੀ 'ਤੇ ਹੈ ਕਿ ਉਹਦੀ ਘਰ ਵਾਲੀ ਦੇ ਨਾਮ 'ਤੇ? ਘਰ ਵਾਲੀ 'ਤੇ, ਸਿਮਰਨਜੀਤ ਕੌਰ ਸਾਰੀ ਜਿਹੜੀ ਨਸ਼ੇ ਤੋਂ ਇਹਨਾਂ ਨੇ ਬਣਾਈ ਆ ਅਤੇ ਉਹਦੇ ਖਿਲਾਫ਼ ਉਹ ਕਾਰਵਾਈ ਕੀਤੀ।